ਕਾਲ ਜੀ ਮੈਂ ਜਗਦੀਪ ਸਿੰਘ ਕਾਲੋ ਇੰਟਰਨੈਸ਼ਨਲ ਸਾਈਕਲਿਸਟ ਔਰ ਅੱਜ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਜੋ ਗੁਹਾਟੀ ਵਿੱਚ ਹੋ ਰਹੀ ਹੈ ਔਰ ਅੱਜ ਸਾਡੇ ਨਾਲ ਵਰਸਦੀਪ ਸਿੰਘ ਜੋ ਸਾਡਾ ਨੈਸ਼ਨਲ ਮੈਡਲਿਸਟ ਹੈ ਗੋਲਡ ਮੈਡਲਿਸਟ ਹੈ ਔਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਵਰਸਦੀਪ ਸਿੰਘ ਹੈ ਮੈਂ ਪੰਜਾਬ ਤੋਂ ਰਿਪ੍ਰੈਜ਼ੈਂਟ ਕਰ ਰਿਹਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਗੋਲਡ ਮੈਡਲ ਮਿਲਿਆ 10 ਕਿਲੋਮੀਟਰ ਟਾਈਮ ਵਿੱਚ ਇਹ ਬਹੁਤ ਵੱਡਾ ਪਲੇਟਫਾਰਮ ਹੈ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਤੇ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਥੈਂਕਫੁਲ ਹਾਂ ਮੇਰੀ ਐਸੋਸੀਏਸ਼ਨ ਜੋ ਮੈਨੂੰ ਪੰਜਾਬ ਤੋਂ ਮਿਲੀ ਹੈ ਜੋ ਅਚੀਵਮੈਂਟਸ ਮਿਲੀਆਂ ਨੇ ਮੈਂ ਬਹੁਤ ਖੁਸ਼ ਹਾਂ ਵਰਸ ਤੁਹਾਡਾ ਪਹਿਲਾ ਕੰਪੀਟੀਸ਼ਨ ਹੈ ਤੋਂ ਇਸ ਤੋਂ ਪਹਿਲਾਂ ਵੀ ਨੈਸ਼ਨਲ ਖੇਡੇ ਨਹੀਂ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਨੈਸ਼ਨਲ ਖੇਡ ਚੁੱਕਿਆ ਪੰਜਾਬ ਨੂੰ ਰਿਪ੍ਰੈਜ਼ੈਂਟ ਕੀਤਾ ਇੰਟਰਨੈਸ਼ਨਲ ਖੇਡ ਚੁੱਕਿਆ ਵਰਲਡ ਚੈਂਪੀਅਨਸ਼ਿਪ ਏਸ਼ੀਅਨ ਚੈਂਪੀਅਨਸ਼ਿਪ ਇੰਡੀਆ ਨੂੰ ਰਿਪ੍ਰੈਜ਼ੈਂਟ ਕੀਤਾ ਬਹੁਤ ਵਧੀਆ ਰਿਹਾ ਮੇਰਾ ਤੇ ਅੱਗੇ ਵੀ ਮੇਰਾ ਬਹੁਤ ਵਧੀਆ ਮੈਂ ਦਰਸ਼ਕ ਦੱਸਣਾ ਚਾਹੁੰਦਾ ਕਿ ਇਸ ਈਵੈਂਟ ਦੇ ਵਿੱਚ ਵਾਰਸ ਨੇ 2 ਸੋਨ ਤਗਮੇ ਜਿਹੜੇ ਨੇ ਉਹ ਪੰਜਾਬ ਸਟੇਟ ਨੂੰ ਰਿਪ੍ਰੈਜ਼ੈਂਟ ਕਰਦਿਆਂ ਹੋਇਆ ਪੰਜਾਬ ਲਈ ਜਿੱਤੇ ਨੇ ਸੋ ਵਾਰਸ ਤੁਹਾਡਾ ਇੰਟਰਨੈਸ਼ਨਲ ਵੀ ਕੋਈ ਤੁਹਾਡਾ ਟੂਰਨਾਮੈਂਟ ਦੇ ਵਿੱਚ ਤੁਸੀਂ ਭਾਗ ਲਿਆ ਪੰਜਾਬ ਵੱਲੋਂ ਹਾਂਜੀ ਮੈਂ ਇੰਡੀਆ ਵੱਲੋਂ ਇੰਟਰਨੈਸ਼ਨਲੀ ਪਾਰਟਿਸਿਪੇਟ ਕੀਤਾ ਹੈ ਵਰਲਡ ਚੈਂਪੀਅਨਸ਼ਿਪ ਹੋ ਗਈ ਤੇ ਕਈ ਏਸ਼ੀਅਨ ਚੈਂਪੀਅਨਸ਼ਿਪ ਹੋਈ ਹੈ ਉਹਨਾਂ ਚ ਕਾਫੀ ਪਾਰਟਿਸਿਪੇਟ ਕੀਤਾ ਹੈ ਵਧੀਆ ਪਰਫਾਰਮ ਕੀਤਾ ਹੈ ਥੈਂਕ ਯੂ ਆਪਣੀ ਕੰਟਰੀ ਦਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਸਾਈਕਲਿਸਟ ਨੇ ਉਹਨਾਂ ਨੇ ਬਹੁਤ ਲੰਮਾ ਸਮਾਂ ਜਿਹੜਾ ਆ ਇਸ ਸਾਈਕਲਿੰਗ ਦੇ ਉੱਪਰ ਜੋ ਰਾਜ ਕੀਤਾ ਹੈ ਔਰ ਅਸੀਂ ਅਜਿਹੇ ਨੌਜਵਾਨ ਸਾਈਕਲਿਸਟਾਂ ਤੋਂ ਉਮੀਦ ਕਰਦੇ ਹਾਂ ਕਿ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਰਫਾਰਮ ਕਰਨਗੇ ਜਿਆਦਾ ਜਾਂਦੇ ਵਰਤ ਹੁੰਦੇ ਕੀ ਮੈਸੇਜ ਹੈ ਯੂਥ ਨੂੰ ਔਰ ਤੁਹਾਡਾ ਕੋਈ ਟਾਰਗੇਟ ਕੀ ਹੈ मेरा यूथ नू ये मैसेज है कि अपनी कोशिश जारी रखो हार नहीं मननी चाहिए कदे भी बंदे नू कोशिश करनी रहनी चाहिए है एक बार हारोंगे दो बार हारोंगे तुसीं अगे जितोंगे जरूर तो मेरा अगला टारगेट ये है कि मैं इंडिया लई मैडल लेके आना चाहना जो भी अपकमिंग इवेंट्स ने एशियन चैंपियनशिप वर्ल्ड चैंपियनशिप आई वॉन्ट टू बी देयर आई वॉन्ट टू गैट एवरीथिंग आई वॉन्ट ਸੋ ਇਹ ਸੀ ਵਰਸਦੀਪ ਜੋ ਪੰਜਾਬ ਨੂੰ ਰੀਪ੍ਰੈਜ਼ੈਂਟ ਕਰ ਰਹੇ ਸੀਗੇ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਗੁਹਾਟੀ ਅਸਾਮ ਤੋਂ ਉਮੀਦ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਸਾਡੇ ਹੋਰ ਜਿਹੜੇ ਸਾਈਕਲਿਸਟ ਨੇ ਉਹ ਤੁਹਾਡੇ ਰੂਬਰੂ ਵੀ ਕਰਾਂਗੇ ਔਰ ਮੈਂ ਜਾਣ ਜਾਂਦਾ ਇੱਕ ਵਿਸ਼ੇਸ਼ ਜ਼ਰੂਰ ਗੱਲ ਦੱਸ ਦਿੰਦਾ ਕਿ ਇਸ ਨੈਸ਼ਨਲ ਚੈਂਪੀਅਨਸ਼ਿਪ ਦੀ ਜਿਹੜੀ ਖਾਸ ਗੱਲ ਇਹ ਰਹੀ ਕਿ ਇਸ ਚੈਂਪੀਅਨਸ਼ਿਪ ਵਿੱਚ ਲਗਭਗ 11-12 ਨੈਸ਼ਨਲ ਰਿਕਾਰਡ ਹੋਏ ਔਰ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਰਿਕਾਰਡ ਹੈ ਜਿਹੜਾ 12 ਨੈਸ਼ਨਲ ਰਿਕਾਰਡ ਜਿਹੜੇ ਨੇ ਉਹ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਹੋਏ ਸੋ ਅਗਲੇ ਦਿਨਾਂ 'ਚ ਫਿਰ ਨਵੇਂ ਸਾਈਕਲਿਸਟਾਂ ਦੇ ਨਾਲ ਮਿਲਾਂਗੇ ਬਹੁਤ ਬਹੁਤ ਧੰਨਵਾਦ